हेलो, अस्सलाम वालेकुम जी। वालेकुम सलाम जी। सज्जाद साहब गल कर रहे हो? हाँ जी सज्जाद साहब, राणा इजाज गल कर रहे हैं। अच्छा करो जी। भाईजान फैसलाबाद तो गल कर रहे हैं। करी जाओ जनाब, करो। भाईजान गल ये आ के एक कफन सवाना है जी। कफन? जी जी, तुसी दर्जियां दा काम करदे ना जी? हाँ जी, लेकिन मैं कफन कुफन नहीं सीना पाई। नहीं ओदे ते ए है जी, ओ जेड़ा बंदा है ओ इथे इस टाइम ना दर्जी कोई नहीं सी नेड़े लब्भण डिया। असी असल च ना बैठे हैं बहुत दूर। ठीक है। एक फैक्ट्री है। अच्छा जी। ਉਹ ਚ ਕੰਮ ਕਰਨ ਡੇ ਆ ਤੇ ਇੱਥੇ ਇੱਕ ਫੌਤਗੀ ਹੋ ਗਈ ਹੈ ਤੇ ਦੋਸਤ ਸੀ ਉਹਨਾਂ ਨੇ ਤੁਹਾਡਾ ਨੰਬਰ ਤਾਂ ਕਹਿੰਦੇ ਦਰਜ਼ੀਆਂ ਦਾ ਕੰਮ ਕਰਦੇ ਆ ਤੇ ਉਹਨਾਂ ਨੇ ਮੈਨੂੰ ਇਹ ਵੀ ਦੱਸਿਆ ਕਿ ਜਿਹੜੇ ਸਾਡੇ ਬੰਦੇ ਫੌਤ ਹੋਏ ਨੇ ਨਾ ਜੀ, ਉਹ ਕੱਦ ਕਾਠ ਤੇ ਹੈਗੇ ਆ ਤੁਹਾਡੇ ਜਿੱਡੇ। ਤੇ ਤੁਸੀਂ ਏਦਾਂ ਕਰੋ, ਉਹ ਸੀ ਕੇ ਨਾ ਤੇ ਜੀ ਪਾ ਕੇ ਅੱਛੇ ਤਰੀਕੇ ਨਾਲ, ਹਾਂ ਹਾਂ, ਕਿਸੇ ਯਾਰ ਦੋਸਤ ਨੂੰ ਕਹੀਓ ਤਸਵੀਰ ਇੱਕ ਖਿੱਚ ਕੇ ਨਾ ਸਾਨੂੰ ਵਟਸਐਪ ਕਰੋ, ਪਹਿਲੇ ਦੇਖੀਏ ਕਿ ਉਹ ਸਾਈਜ਼ ਠੀਕ ਹੈ। ਠੀਕ ਹੈ। ਤੇ ਰੂੰ ਲੈ ਲੈਣਾ ਜ਼ਰਾ ਨੱਕ ਤੇ ਨੇ। ਅੱਛਾ ਜੀ, ਮਾਸ਼ਾਅੱਲਾ ਅੱਲਾ ਤੁਹਾਡੀ ਖੈਰ ਜ਼ਿੰਦਗੀ ਕਰੇ। ਮੈਂ ਸੂਟ ਸੀਨਾ, ਪੈਂਟ ਕੋਟ ਸੀਨਾ, ਕਫਨ ਮੈਂ ਭਾਜੀ ਕਦੀ ਨਾ ਸੀਤਾ ਨਾ ਮੈਨੂੰ ਤਜਰਬਾ। ਦੂਸਰੀ ਗੱਲ ਇਹ ਹੈ, ਅਗਰ ਤੁਹਾਨੂੰ ਮਜਬੂਰੀ ਹੈ ਕਿ ਵਾਕਈ ਸੁਣਾਉਣਾ ਹੀ ਆ, ਹਾਂਜੀ ਮੈਂ ਸੀ ਦਿਆਂਗਾ। ਲੇਕਿਨ ਅੱਗੋਂ ਜਿਹੜੀ ਤੁਸੀਂ ਮੈਨੂੰ ਹਰਕਤ ਦੱਸ ਰਹੇ ਜੇ ਨਾ ਕਿ ਮੈਂ ਪਾ ਕੇ ਤੁਹਾਨੂੰ ਵਟਸਐਪ ਤਸਵੀਰ ਕਰਾਂ, ਪਸੰਦ ਕਰਾਵਾਂ। ਨਹੀਂ ਭਾਜੀ ਨਾ, ਉਹ ਨੱਕ ਚ ਨੂੰ ਵੀ, ਹਾਂਜੀ ਨੱਕ ਚ ਨੂੰ ਵੀ ਦਵਾਂ, ਤੇ ਜਿਹੜਾ ਮੁਸ਼ਕਪੂਰ ਭੈਣ ਜਰਾ ਉਹ ਵੀ ਲਾ ਲਵਾਂ। ਹਾਂਜੀ ਭਾਜੀ, ਫਿਰ ਕਬਰ ਚ ਵੀ ਮੈਂ ਹੀ ਪੈ ਜਾਂਗਾ ਐਵੇਂ। ਇੰਨੀ ਤਕਲੀਫ ਵਾਸਤੇ ਤੁਸੀਂ ਆਪਣੇ ਮੁਰਦੇ ਨੂੰ ਅਜ਼ੀਅਤ ਦੇਣੀ, ਪਿੱਛੇ ਰਹਿ ਕੇ ਜਾਣਾ ਭੈਣ? ਨਹੀਂ ਭੈਣ ਨੂੰ, ਤੁਸੀਂ ਬੰਦਾ ਆ ਜਾਏਗਾ ਤੁਹਾਡੇ ਕੋਲ ਲੈਣ, ਉਹ ਅਸੀਂ ਉਹਨੂੰ ਚਾੜ ਦਿੰਦੇ ਇੱਥੋਂ ਹੁਣੇ ਹੀ ਬੱਸ ਤੇ। ਤੁਸੀਂ ਸੀ ਕੇ ਨਾ ਦਬਦਬ ਤਸਵੀਰ ਸਾਨੂੰ ਵਟਸਐਪ ਕਰੋ ਇੱਕ ਭੈਣ। ਨਹੀਂ ਭਾਜੀ, ਜਿਹੜਾ ਬੰਦਾ ਤੁਸੀਂ ਚਾੜਨਾ ਨਾ ਬੱਸ ਤੇ, ਹਾਂਜੀ ਉਹਨੂੰ ਪਹੁੰਚ ਲੈਣ ਦਿਓ ਰਸਤੇ ਚ, ਉਹ ਵੀ ਨਾ ਐਕਸੀਡੈਂਟ ਨਾ ਮਰ ਜਾਏ, ਫਿਰ ਦੋ ਮੈਂ ਇਕੱਠੇ ਸੀ ਦਾਂਗਾ ਜੇ ਏਦਾਂ ਦਾ ਕੁਝ ਹੋ ਗਿਆ। ਭੈਣ ਕੱਪੜਾ ਤੁਹਾਡਾ ਕੱਪੜਾ ਤੁਸੀਂ ਲੈ ਲੈਣਾ, ਕੱਪੜੇ ਦੇ ਅਸੀਂ ਪੈਸੇ ਦੇ ਦਿਆਂਗੇ। ਭਾਜਨ ਮੈਂ ਸਮਝ ਗਿਆ, ਸਿਰਫ ਲਾਸ਼ ਤੁਹਾਡੀ ਹੈ ਬਸ, ਯਾਨੀ ਤੁਹਾਡੇ ਕਹਿਣ ਦਾ ਮਕਸਦ ਹੈ ਕਿ ਸਿਰਫ ਲਾਸ਼ ਤੁਹਾਡੀ ਤੇ ਬਾਕੀ ਸਾਰਾ ਕੁਝ ਮੇਰਾ। ਤੁਸੀਂ ਭਾਜਨ ਏਦਾਂ ਕਰੋ, ਤੁਸੀਂ ਏਦਾਂ ਕਰੋ, ਮੈਂ ਤੁਹਾਨੂੰ ਈਜ਼ੀ ਪੈਸਾ ਕਰਾਉਣਾ ਇੱਥੋਂ 1000 ਰੁਪਿਆ, ਮੈਂ ਆਪਣੇ ਭਰਾ ਲਈ ਆਸਾਨੀ ਪੈਦਾ ਕਰ ਦਿੰਦਾ ਨਾ। ਹਾਂਜੀ ਮੈਂ ਕਫਨ ਸੀਨਾ ਪਾ ਕੇ ਮੋਟਰਸਾਈਕਲ ਦੇ ਭਰਾ ਦੇ ਕੋਲ ਆ ਜਾਂਦਾ। ਹਾਂ ਪੈਟਰੋਲ ਦੇ ਪੈਸੇ ਤੁਸੀਂ ਸਾਡੇ ਕੋਲ ਲੈਣੇ ਆ। ਹਾਂਜੀ ਸ਼ੇਖੂਪੁਰਾ ਰੋਡ ਤੇ ਨਾ ਤੁਸੀਂ ਫੈਸਲਾਬਾਦ ਤੋਂ ਜਿਵੇਂ ਉਧਰੋਂ ਆਉਣਾ ਨਾ ਜੀ, ਹਾਂਜੀ ਜਿਵੇਂ ਖੋੜਿਆਂ ਦਾ ਲੰਘ ਜਾਣਾ ਅੱਗੇ ਤੁਸੀਂ, ਹਾਂਜੀ ਅੱਗੇ ਆ ਕੇ ਤੁਸੀਂ ਮੈਨੂੰ ਫੋਨ ਕਰਨਾ। ਤੇ ਭਾਜਣ ਰਸਤੇ ਦੇ ਵਿੱਚ ਪਤਾ ਕੀ, ਸਾਡੇ ਪੇਂਡੂ ਜੇ ਲੋਕ ਨੇ, ਹਾਂਜੀ ਉਹ ਮੈਨੂੰ ਕਫਨ ਚ ਵੇਖਣ ਲੈ ਵੀ ਖਾ ਪਾ ਦੇਣਗੇ, ਪਤਾ ਨੀ ਕਿਹਦੀ ਲਾਸ਼ ਖੁੱਲ ਗਈ। ਭਾਜਣ ਤੁਸੀਂ ਉੱਤੋਂ ਬਾਸਕਟ ਪਾ ਲੈਣਾ ਕਫਨ ਦੇ ਉੱਤੋਂ। ਹਾਂ ਵੇਖਿਆ ਨਾ, ਹੁਣ ਇਹੀ ਫਿਰ ਤੇ ਸਾਫਾ ਬੰਨ ਲੈਣਾ ਅੱਛੇ ਤਰੀਕੇ ਨਾਲ। ਇਹੀ ਮੈਂ ਗੱਲ ਕੀਤੀ ਸੀ ਭਾਜਣ ਕਿ ਅਰਬੀ ਦਾ ਅਰਬੀ ਤੇ ਲਾਸ਼ ਦੀ ਲਾਸ਼, ਜਿੱਥੇ ਖਤਰਾ ਮਹਿਸੂਸ ਹੋਵੇ ਅਰਬੀ ਬੋਲਣੀ ਸ਼ੁਰੂ ਕਰ ਦਿਓ, ਤੇ ਜਿੱਥੇ ਦੇਖੋ ਗਾਹਕ ਆ ਉੱਥੇ ਕਹਿ ਦਿਓ ਕਿ ਭਾਜੀ ਆ ਕਫਨ। ਉਹ ਯਾਰ ਮੇਰੀ ਗੱਲ ਸੁਣ ਲਾ, ਇਸ ਟਾਈਮ ਸਾਨੂੰ ਬੰਦਾ ਕੋਈ ਨੀ ਲੱਭਣਾ, ਤੇ ਮੈਂ ਮੁੰਡੇ ਨੂੰ ਭੇਜਦਾ ਵੈਗਨ ਲੈਣ, ਉਹ ਵੈਗਨ ਲੈ ਕੇ ਆਉਂਦਾ ਤੇ ਅਸੀਂ ਲਾਸ਼ ਲੈ ਕੇ ਤੇਰੇ ਨਾ ਆ ਰਹੇ ਆ ਘਰ, ਤੇ ਪੱਕਾ ਹੈ ਕੀ ਆ ਫਰਸ਼? ਨਹੀਂ ਨਹੀਂ ਮਤਲਬ ਹਾਂਡੀ ਕੀ ਪੱਕੀ ਹੈ? ਹਾਂਡੀ ਆਹੀ ਲੈ ਆ, ਪਕਾ ਲੈਨੇ ਆ। ਮੈਂ ਨਾ ਲਾਸ਼ ਲੈ ਕੇ ਆ ਰਿਹਾ ਤੁਹਾਡੇ ਕੋਲ ਤੁਹਾਡੇ ਘਰ, 2 ਘੰਟੇ ਇੱਥੇ ਬਵਾਂਗੇ ਤੇ ਰੋਟੀ ਰੁਟੀ ਕੋਈ ਚੰਗੀ ਜੀ ਪਕਾ ਲਓ, ਤੇ ਸਮਾ ਕੇ ਨਾ ਇੱਥੋਂ ਮਤਲਬ ਕਿ ਵੈਲ ਡਰੈਸ ਕਰਕੇ ਲੈ ਕੇ ਆਵਾਂਗੇ। ਤਾਬੇਦਾਰ ਭਰਾਵਾ ਕਿੰਨੇ ਬੰਦਿਆਂ ਨੇ ਆਉਣਾ? 4 ਬੰਦਿਆਂ ਨੇ। ਲਾਸ਼ ਪਾ ਕੇ ਕੱਢ ਕੇ? ਨਹੀਂ ਨਹੀਂ ਉਹਦੇ ਸਮੇਤ 4 ਬੰਦੇ। ਅੱਛਾ, 2-2 ਰੋਟੀਆਂ ਤੁਹਾਡੀਆਂ ਤੇ ਲਾਸ਼ ਦੀਆਂ ਕਿੰਨੀਆਂ? ਨਹੀਂ ਨਹੀਂ ਉਹਦੀਆਂ ਚੁੱਕੀਆਂ ਜਾਂ ਰਿਜ਼ਕ ਉਹਦਾ। ਅੱਛਾ, ਉਹਦੇ ਸਦੀਆਂ ਵੀ ਤੂੰ ਖਾ ਲਈ ਮਰੇ, ਜਿੱਦਾਂ ਤੈਨੂੰ ਪਿਆਰ ਆ ਜਿੱਡੀ ਤੂੰ ਨਾਲ ਰੱਖੀ ਹੈ। ਇਹ ਕੋ ਮਰ ਜਾਵੇ ਨਾ ਧੀ ਪੁੱਤ ਕੋ ਪਿਓ ਭਰਾ ਤੇ ਦਫਨਾਈ ਦਾ ਹੁੰਦਾ, ਤੂੰ ਨਾਲ ਬੰਨ ਲਿਆ ਆਪਣੇ। ਲੈ ਕੇ ਆ ਰਿਹਾ ਜੀ, ਮੈਂ ਲੈ ਕੇ ਆ ਰਿਹਾ ਬਸ 2 ਘੰਟੇ ਤੁਹਾਡੇ ਕੋਲ। ਮੇਰੇ ਵੱਲ ਲੈ ਕੇ ਆਈ ਉਹ ਲਾਸ਼, ਉਹ ਤੈਨੂੰ ਤੈਨੂੰ ਦਫਾ ਹੋ ਕੇ ਤੇ ਕਿੱਥੋਂ ਆ ਗਿਆ ਤੂੰ? ਲੈ ਮੈਂ ਲਾਸ਼ ਲੈ ਕੇ ਤੇਰੇ ਵੱਲ ਆ ਰਿਹਾ, ਏਦਾਂ ਤੂੰ ਬਸ ਮੈਂ ਮਠਿਆਈ ਦਾ ਡੱਬਾ ਨਾ ਜਿਹੜਾ ਲੈ ਕੇ ਆ ਰਿਹਾ ਮੇਰੇ ਵੱਲ ਸਿਕਿਰਦੀ ਕਰਨ ਲਈ। ਬਸ ਅਸੀਂ 2-2.5 ਘੰਟੇ ਚ ਪਹੁੰਚ ਰਹੇ ਤੁਹਾਡੇ ਕੋਲ। ਗੱਡੀ ਕਹੂਗਾ ਨਾ ਦੁਕਾਨ ਆਪਣੀ? ਨਹੀਂ ਕਿੱਥੇ ਆ? ਇੱਥੋਂ ਮੈਂ ਛੱਡ ਦਿੱਤੀ ਆ, ਅੱਧ ਘੰਟਾ ਹੋਇਆ ਮੈਂ ਸਕਦੂ ਚਲਾ ਗਿਆ। ਬਸ ਭਾਜਣਾ ਕਿੱਦਾਂ ਲਵੋ ਇਹ ਲਾਸ਼ ਤੇ ਦਫਨਾਓ, ਤੁਹਾਡੀ ਮਿਹਰਬਾਨੀ ਆ, ਦਫਾ ਦੂਰ ਹੋ ਜਾਓ। ਖਬਰਦਾਰ ਮੇਰੇ ਕੋਲ ਲਾਸ਼ ਲੈ ਕੇ ਆਏ ਤੇ। ਆ ਰਹੇ ਭਾਜਣਾ ਆ ਰਹੇ, ਆਓ ਆਓ ਦਫਾ ਆਵੋ, ਮੈਂ ਲੱਭਣਾ ਹੀ ਨੀ ਬੇਟੇ, ਮੈਂ ਦਰਜ਼ੀਆਂ ਦਾ ਕੰਮ ਹੀ ਨੀ ਕਰਦਾ, ਮੈਂ ਸਕੂਲ ਟੀਚਰ ਹਾਂ, ਮੈਂ ਬੱਚਿਆਂ ਨੂੰ ਪੜ੍ਹਾਉਣਾ, ਰਾਤ 10 ਵਜੇ ਮੈਂ ਚੱਲਾਂ ਸਕੂਲ, ਐਮਰਜੈਂਸੀ ਕਲਾਸ ਲੈਣੀ ਮੈਂ, ਐਡੀ ਲਾਸ਼। ਬਸ ਭਾਜਣਾ ਆਏ ਪਹੁੰਚੇ ਤੁਹਾਡੇ ਕੋਲ ਭਾਜਣਾ ਸੀ। ਓਏ ਮੇਰੇ ਵੱਲ ਆਈ ਹੋਏ, ਮੈਂ ਤੈਨੂੰ ਦੱਸਦਾ ਮੈਂ ਤੇਰੇ ਮੁੱਕੀਆਂ ਮਾਰਾਂਗਾ, ਮੈਂ ਮਹੱਲੇ ਦੇ ਕੁੱਤੇ ਪਵਾ ਦੇਣੇ ਤੈਨੂੰ, ਤੇ ਤੁਸੀਂ ਤਾਂ ਨੱਸ ਜਾਣਾ, ਤੁਹਾਡੀ ਲਾਸ਼ ਕੋਈ ਦੌੜਿਆ ਜਾਣਾ, ਲੀਰੋ ਲੀਰ ਕਰ ਦੇਣੀ ਹੈ ਕੁੱਤਿਆਂ ਨੇ। ਆਏ ਆਏ ਏਡਾ ਚਾਹ ਤੈਨੂੰ ਲਾਸ਼ ਨਾਲ ਟਰੈਵਲਿੰਗ ਕਰਨ ਦਾ,
ਦੁੱਧ ਪੱਤੀ ਮੰਗਾ ਕੇ ਰੱਖ ਲੈਣਾ ਤੇਰਾ ਹਾਂਜੀ ਠੰਡ ਚ ਆਉਣਾ ਅਸੀਂ ਬੇਟੇ ਮੈਂ ਕੁੱਤ ਪੱਤੀ ਮੰਗਾ ਕੇ ਰੱਖਾਂਗਾ ਮੇਰੇ ਕੋਲ 36 ਸੈਂਸੀ ਕੁੱਤੇ ਨੇ ਬਾਹਰ ਤੂੰ ਆਹ ਲੈਸ ਲੈ ਕੇ ਤੂੰ ਮੇਰੇ ਪਿੰਡ ਤੂੰ ਤੇ ਮੇਰੇ ਇਲਾਕੇ ਚ ਵੜਨਾ ਵੇਖੀ ਤੇਰਾ ਹਾਲ ਕੀ ਹੁੰਦਾ ਤੁਸੀਂ ਨਾਲ ਪਾਣੀ ਬਿਸਕੁਟ ਮੰਗਾ ਲੈਣਾ ਸੁਪਰ ਦੇ ਥੋੜੀ ਚਿਪਸ ਨਾਲ ਕਢਾ ਲੈਣਾ ਤੇਰਾ ਗਰਮ ਗਰਮ ਓਏ ਓਏ ਫੋਨ ਬੰਦ ਕਰ ਦੇ ਓਏ ਗਰਮ ਗਰਮ ਚਿਪਸ ਮੈਂ ਆਪਣੀ ਘਰ ਵਾਲੀ ਚਿਪਸ ਤੇ ਲੰਮੇ ਪਾ ਕੇ ਕੁੱਟਣਾ ਤੈਨੂੰ ਚਿਪਸ ਕਢਾ ਲੈਣਾ ਲਾਸ਼ ਆ ਰਹੀ ਹੈ ਮਰੇ ਕਿ ਮਤਲਬ ਰਿਸ਼ਤਾ ਦੇਖਣ ਆ ਰਿਹਾ ਕਿਤੇ ਜਾਂ ਦਿਖਾਉਣ ਆ ਰਹੇ ਲਾਸ਼ ਵਾਸਤੇ ਮੈਂ ਚਿਪਸ ਮੰਗਾ ਲਵਾਂ ਲਾਸ਼ ਵਾਸਤੇ ਮੈਂ ਬਿਸਕੁਟ ਮੰਗਾ ਲਵਾਂ ਮਿੰਟ ਲੱਗਦਾ ਬੇਟੇ ਤੁਸੀਂ ਲਾਸ਼ ਜਾਣ ਕੇ ਇਸੇ ਤੋਂ ਕੋਲ ਰੱਖੀ ਲੋਕਾਂ ਦੇ ਘਰੋਂ ਖਾਣ ਪੀਣ ਜਿੱਦਣ ਮਰਜ਼ੀ ਲਾਸ਼ ਚੁੱਕ ਕੇ ਲੈ ਜਾਂਦੇ ਰਵੈਣ ਪਾ ਕੇ ਉਹ ਤਾਂ 800-900 ਦਿਹਾੜੀ ਲਾ ਕੇ ਵਾਪਸ ਆ ਜਾਂਦੇ ਜੀ ਇਹ ਲਾਸ਼ ਨੂੰ ਵੀ ਮੇਰਾ ਹੱਥ ਚਾਰ ਚਪੇੜਾਂ ਪੈਣੀਆਂ ਨੇ ਉੱਟ ਪੈਣਾ ਆਏ ਭਾਏ ਨਾ ਆਏ 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 ਬਸ ਤੁਸੀਂ ਨਾ ਇੱਥੇ ਹੀ ਰਹਿਣਾ ਤੇ ਆਏ ਕੋਲੇ ਮੰਗਾ ਲੈਣਾ ਅੱਧਾ ਕਿਲੋ ਤੇਰਾ ਕੀ ਜੀ ਕੋਲੇ ਕੋਲੇ ਸੇਕਾਂਗੇ ਰਾਤ ਨੂੰ ਮੈਂ ਕੋਲੇ ਕੋਲੇ ਕਰਕੇ ਨਾ ਕੋਲੇ ਮਾਰਨੇ ਮੂੰਹ ਤੇ ਸਮਝ ਆਈ ਇਹ ਤੈਨੂੰ ਨੰਬਰ ਦਿੱਤਾ ਕਿੰਨੇ ਮੇਰਾ ਓਏ ਮੇਰੀ ਗੱਲ ਸੁਣ ਓਏ ਮੇਰੀ ਗੱਲ ਸੁਣ ਜੇ ਤੇ ਪੁੱਤਰ ਗੱਲ ਹੈਗੀ ਨਾ ਸੱਚੀ ਮੁੱਚੀ ਕੇ ਲਾਸ਼ ਆ ਤੇ ਸ਼ੁਗਲ ਨਾ ਕਰ ਇਹਨੂੰ ਦਫਨਾ ਨਹੀਂ ਨਹੀਂ ਭਾਈ ਨਾ ਆ ਰਹੇ ਲੈ ਕੇ ਤੁਹਾਡੇ ਕੋਲ ਆ ਰਹੇ ਭਾਈ ਨਾ ਓ ਯਾਰ ਮੇਰੇ ਕੋ ਤੁਸੀਂ ਕਿੱਦਾਂ ਲਾਸ਼ ਮੈਂ ਕੀ ਕਰਨੀ ਲਾਸ਼ ਨੂੰ ਭਾਈ ਤੁਸੀਂ ਹਾਲਾਤ ਦੇ ਕੇ ਦੱਸੇ ਨੇ ਯਾਰ ਮੈਨੂੰ ਚੈੱਕ ਕਰ ਲੈਣਾ ਨਾ ਸਿਆਣੇ ਅਸੀਂ ਚੈੱਕ ਕਰ ਲੈਣਾ ਜਿਹੜਾ ਮਰ ਗਿਆ ਮਰ ਗਿਆ ਕਿਹੜਾ ਮੋਟਰਸਾਈਕਲ ਡਿੱਗੀ ਪਈ ਕਿਤੇ ਸਟਾਰਟ ਨਹੀਂ ਹੁੰਦੀ ਵੀ ਜਿਹਦਾ ਮੈਂ ਪਲੱਗ ਬਦਲ ਕੇ ਉਹਨੂੰ ਮੈਂ ਦੁਬਾਰਾ ਸਟਾਰਟ ਕਰ ਲੈਣਾ ਅੱਲਾ ਮਾਫੀ ਦੇ ਕਿੱਦਾਂ ਦੀਆਂ ਮਨਹੂਸ ਗੱਲਾਂ ਕਰਨੇ ਮਨਹੂਸ ਮੂੰਹ ਵਾਲਿਆ ਕਿੱਥੋਂ ਤੋਂ ਮੈਨੂੰ ਫੋਨ ਕਰ ਲਿਆ ਖਬਰਦਾਰ ਦੁਬਾਰਾ ਮੈਨੂੰ ਫੋਨ ਕੀਤਾ ਮੈਨੂੰ ਕਿਸੇ ਹੋਰ ਕੰਮ ਕਰਨ ਦੇ ਤੂੰ ਜਾ ਕੇ ਹੋਰ ਦਰਜੀ ਲੱਭ ਬਸ ਆਏ ਭਾਏ ਆਏ ਇਨਸ਼ਾਅੱਲਾ 2-2.5 ਘੰਟੇ ਤੁਹਾਡੇ ਕੋਲ ਕਿਤੇ ਬਈ ਸਹੀ ਕਿਤੇ ਢੀਠ ਖਾਨਦਾਨ ਦਾ ਬੱਚਾ ਬਈ ਤੂੰ ਇਹ ਪੁਲ ਉੱਤਰ ਦੇ ਭਾਏ ਖੱਬੇ ਹੱਥ ਨਾ ਆ ਪੁਲ ਦੇ ਦਹੀਂ ਭੱਲੇ ਵਾਲਾ ਹੁੰਦਾ ਦਹੀਂ ਭੱਲੇ ਵਾਲਾ ਜਿੱਥੇ ਪੁਲ ਦੇ ਬਿਲਕੁਲ ਦਰਮਿਆਨ ਚੋਂ ਖੱਬੇ ਹੱਥ ਉੱਤਰ ਜਾਣਾ ਥੱਲੇ ਇਨਸ਼ਾਅੱਲਾ ਤੁਸੀਂ ਇੱਕ ਲੈ ਕੇ ਆਉਣੀ ਆ ਫਿਰ ਬੰਦਿਆਂ ਨੇ ਚਾਰ ਵਾਪਸ ਭੇਜਣੀਆਂ ਤੁਹਾਡੇ ਪਿੰਡ ਇੱਕ ਨਾ ਇੱਕ ਫ੍ਰੀ ਹੁੰਦੀ ਆ ਉਹਨਾਂ ਨੂੰ ਇੱਕ ਨਾ ਤਿੰਨ ਫ੍ਰੀ ਮਿਲਣੀਆਂ ਤੁਹਾਡੇ ਪਿੰਡ ਵਾਲੇ ਨੂੰ ਟੈਨਸ਼ਨ ਨਾ ਲੈ ਤੂੰ ਆਏ ਭਾਏ ਆਏ ਇਨਸ਼ਾਅੱਲਾ ਆਏ ਆਏ ਭਾਏ ਆ ਜਾਓ ਇਹਨੂੰ ਘਰ ਹੀ ਛੱਡ ਕੇ ਆਉਣਾ ਨਹੀਂ ਨਹੀਂ ਯਾਰ ਨਹੀਂ ਨਹੀਂ ਇਹ ਲਾਸ਼ ਨੂੰ ਘਰ ਛੱਡ ਆਉਣਾ ਪਿੱਛੇ ਘਰ ਵੀ ਕੋਈ ਹੋਣਾ ਚਾਹੀਦਾ ਭਾਜੀ ਚੋਰੀ ਚੋਰੀ ਹੋ ਜੇ ਕੋਈ ਬੰਦਾ ਆਵੇ ਚਲੋ ਅੱਖਾਂ ਬੰਦ ਹੋਣੀਆਂ ਇਹ ਲੱਗੂਗਾ ਵੀ ਪਤਾ ਨਹੀਂ ਸੁੱਤਾ ਬੰਦਾ ਯਾਰ ਚਲੋ ਕੋਈ ਘਰ ਦੀ ਰਖਵਾਲੀ ਵਾਸਤੇ ਵੀ ਹੋਣਾ ਚਾਹੀਦਾ ਇਹਨੂੰ ਛੱਡ ਆਉਣਾ ਤੁਸੀਂ ਆ ਜਾਣਾ ਮੈਂ ਤੁਹਾਡੇ ਚੋਂ ਇੱਕ ਦੀ ਲਾਸ਼ ਕਰ ਲਾਂਗਾ ਇੱਥੇ ਬਸ ਪਹੁੰਚੇ ਭੈਣ ਪਹੁੰਚੇ ਇਨਸ਼ਾਅੱਲਾ ਆ ਪਹੁੰਚੋ ਮੈਂ ਵੀ ਅੱਗੇ ਪਹੁੰਚਣ ਲੱਗਾ ਕਿਤੇ ਆਏ ਭੈਣ ਆਏ ਭੈਣ ਆ ਜਾਓ ਆ ਜਾਓ ਆ ਜਾਓ ਸ਼ਾਬਾਸ਼ ਆ ਜਾਓ ਪੁੱਤ ਆ ਜਾਓ